ਤੁਸੀਂ ਦੇਖ ਰਹੇ ਹੋ ABC ਪੰਜਾਬ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ ਪੁੱਲਰ ਸਭ ਦਾ ਸਵਾਗਤ ਕਰਦੇ ਆਂ ਇੱਕ ਵਾਰ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਆ ਮਲ ਦੀ ਕ੍ਰਾਈਮ ਕੁੰਡਲੀ ਅੱਜ ਅਸੀਂ ਐਮਐਲਏ ਦੀ ਕ੍ਰਾਈਮ ਕੁੰਡਲੀ 'ਚ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਲਾਸਪੁਰ ਹੋਣਾ ਤੇ ਦੂਜੀ ਵਾਰ ਹਲਕੇ ਦੇ ਲੋਕਾਂ ਨੇ ਮਾਣ ਬਖਸ਼ਿਆ ਲੇਕਿਨ ਨਾਲ ਅਗਰ ਗੱਲ ਕੀਤੀ ਜਾਵੇ ਇਹਨਾਂ ਦੀ ਕ੍ਰਾਈਮ ਕੁੰਡਲੀ ਫਰੋਲੀਏ ਤਾਂ ਪਤਾ ਲੱਗਦਾ ਕਿ ਇਹਨਾਂ ਦੇ ਖਿਲਾਫ ਵੀ 4 ਕੇਸ ਦਰਜ ਨੇ ਇਹ ਅਸੀਂ ਕਹਿ ਰਹੇ ਕੋਦੇ ਮਨਜੀਤ ਸਿੰਘ ਨਿਆਲਵਾਲਾ ਹੋਣਾ ਨੇ ਜਿਹੜੇ ਭਾਰਤੀ ਚੋਣ ਕਮਿਸ਼ਨ ਨੂੰ ਹਲਫੀਆ ਬਿਆਨ ਦਿੱਤੇ ਉਹਦੇ ਚ ਜ਼ਿਕਰ ਕੀਤਾ ਕਿ ਉਹਨਾਂ ਦੇ ਖਿਲਾਫ 4 ਕੇਸ ਦਰਜ ਨੇ ਔਰ 4 ਪੈਂਡਿੰਗ ਹੈ ਮਤਲਬ ਚਾਰਾਂ ਦੇ ਵਿੱਚ ਵੀ ਅਦਾਲਤ ਵੱਲੋਂ ਫੈਸਲਾ ਨਹੀਂ ਸੁਣਾਇਆ ਗਿਆ ਨਾ ਹੀ ਇਹਨਾਂ ਨੂੰ ਕਹਿ ਸਕਦੇ ਕਿ ਹਲੇ ਤੱਕ ਬਰੀ ਨੇ ਤੇ ਨਾ ਹੀ ਦੋਸ਼ੀ ਨੇ ਲੇਕਿਨ ਜਿਹੜੇ ਕੁੱਲ ਇਹਨਾਂ ਦੇ ਖਿਲਾਫ 4 ਕੇਸ ਦਰਜ ਨੇ ਉਹਨਾਂ ਚਾਰਾਂ ਕੇਸਾਂ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਧਰਾਵਾਂ ਲੱਗੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦਾ ਵੀ ਵੇਰਵਾ ਸੇ ਸਾਂਝਾ ਕਰਕੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਕੋਲੇ 4 ਕੇਸ ਨੇ 4ਾਂ ਚੋਂ ਇੱਕ ਸੀਰੀਅਸ ਧਾਰਾ ਨੇ ਤੇ ਬਾਕੀ 14 ਬਾਕੀ ਹੋਰ ਧਰਾਵਾਂ ਦੇ ਤਹਿਤ ਇਹਨਾਂ ਨੂੰ ਇਹਨਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ ਮਨਜੀਤ ਸਿੰਘ ਨਿਆਲਵਾਲਾ ਦੇ ਬਲਾਸਪੁਰ ਔਰ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਪਹਿਲਾ ਮੁਕਦਮਾ ਦਰਜ ਹੋਏ ਧਾਰਾ 188 260 270 ਔਰ ਇਹ ਜਿਹੜਾ ਮੁਕਦਮਾ ਦਰਜ ਹੋਇਆ ਪੁਲਿਸ ਸਦਰ ਜਿਹੜਾ ਤਰਨਤਾਂ ਦੇ ਵਿੱਚ ਹੋਇਆ ਸੀ 276 ਨੇ ਮਕਦਮਾ ਨੰਬਰ 220 ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਸੀ ਜਿੱਥੇ 188 260 270 ਧਾਰਾ ਲੱਗੀ ਉੱਥੇ ਨਾਲ ਦੀ ਨਾਲ ਡਿਜਾਸਟਰ ਮੈਨੇਜਮੈਂਟ ਦੀ ਜਿਹੜਾ ਸੈਕਸ਼ਨ 51 ਬੀ ਤਹਿਤ ਵੀ ਇਹਨਾਂ ਦੇ ਖਿਲਾਫ ਕੇਸ ਚੱਲ ਰਿਹਾ ਇਸ ਕੇਸ ਦੇ ਵਿੱਚ ਨਾ ਹੀ ਅਜੇ ਜਿਹੜੇ ਦੋਸ਼ ਨੇ ਉਹ ਫਰੇਮ ਹੋਏ ਨੇ ਤੇ ਨਾ ਹੀ ਇਹਨਾਂ ਵੱਲੋਂ ਕੋਈ ਅਪੀਲ ਕੀਤੀ ਗਈ ਹੈ ਇਸ ਤਰ੍ਹਾਂ ਜਿਹੜਾ ਇਹਨਾਂ ਦੇ ਖਿਲਾਫ ਦੂਜਾ ਕੇਸ ਦਰਜ ਆ ਉਹਦਾ ਵੀ ਜ਼ਿਕਰ ਜਾਣਕਾਰੀ ਸਾਂਝੀ ਕਰ ਦਿੰਦੇ ਆ ਇਹ ਵੀ ਲਗਭਗ ਜਿਹੜੇ ਪਹਿਲੇ ਕੇਸ ਧਾਰਾ ਲੱਗਿਆ ਉਦਾਂ ਦੀ ਇਸ ਕੇਸ 'ਚ ਵੀ ਧਾਰਾ ਲੱਗੀਆਂ ਨੇ ਆਈਪੀਸੀ ਸੈਕਸ਼ਨ 188 269 270 341 342 283 ਤੇ ਨਾਲ ਦੀ ਨਾਲ ਨੈਸ਼ਨਲ ਹਾਈਵੇ ਐਕਟ ਦੇ ਜਿਹੜਾ ਸੈਕਸ਼ਨ 8 ਬੀ ਤੇ ਨਾਲ ਦੀ ਨਾਲ ਜਿਹੜਾ ਜਿਹੜੇ ਡਿਜਾਸਟਰ ਮੈਨੇਜਮੈਂਟ ਐਕਟ 51 ਬੀ ਤਹਿਤ ਵੀ ਇਹਨਾਂ ਦੇ ਖਿਲਾਫ ਕੇਸ ਦਰਜ ਆ ਔਰ ਇਹ ਜਿਹੜਾ ਕੇਸ ਦਰਜ ਹੋਇਆ ਇਹ ਵੀ ਅ ਮਕਦਮਾ ਨੰਬਰ 271 ਤੇ 220 ਚ ਦਰਜ ਹੋਇਆ ਪੁਲਿਸ ਸਟੇਸ਼ਨ ਸਦਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕੇਸ ਦਰਜ ਹੋਇਆ ਤੀਜਾ ਜਿਹੜਾ ਮਨਜੀਤ ਸਿੰਘ ਬਲਾਸਪੁਰ ਦੇ ਖਿਲਾਫ ਕੇਸ ਦਰਜ ਹੋਇਆ ਉਹ ਵੀ ਧਾਰਾ 188 ਦੇ ਤਹਿਤ ਹੋਇਆ ਔਰ ਇਹੜਾ ਕੇਸ ਵੀ ਅਦਾਲਤ ਦੇ ਵਿੱਚ ਲੋਕਲ ਅਦਾਲਤ ਤੇ ਚੱਲ ਰਿਹਾ ਮਕਦਮਾ ਨੰਬਰ 188 ਇਹ ਵੀ 220 ਚ ਪੁਲਿਸ ਸਟੇਸ਼ਨ ਕੋਤਵਾਲੀ ਜ਼ਿਲ੍ਹਾ ਬਠਿੰਡਾ ਵਿੱਚ ਕੇਸ ਦਰਜ ਹੋਇਆ ਚੌਥਾ ਇਹਦਾ ਕੇਸ ਦਰਜ ਹੋਇਆ ਉਹ ਵੀ ਲਗਭਗ ਧਾਰਾ 388 353 332 147 149 ਇਹ ਜਿਹੜਾ ਮੁਕਦਮਾ ਨੰਬਰ 1220 ਨੂੰ ਇਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਪੁਲਿਸ ਸੈਕਟਰ 3 ਚੰਡੀਗੜ੍ਹ ਵਿਖੇ ਹੋਇਆ। ਕੁੱਲ ਮਿਲਾ ਕੇ ਲੱਗਦਾ ਕਿ ਜਦੋਂ 220 ਦੇ ਵਿੱਚ ਇਹਨਾਂ ਦੇ ਖਿਲਾਫ ਚਾਰੇ ਕੇਸ ਦਰਜ ਹੋਏ ਨੇ ਔਰ ਸਰਕਾਰ ਦੇ ਖਿਲਾਫ ਉਸ ਸਮੇਂ ਕਾਂਗਰਸ ਦੀ ਸਰਕਾਰ ਸੀ 220 ਦੇ ਵਿੱਚ ਔਰ ਆਮ ਆਦੀ ਪਾਰਟੀ ਮੁੱਖ ਵਿਰੋਧੀ ਧਿਰ ਦੀ ਪਾਰਟੀ ਸੀ ਔਰ ਲਗਾਤਾਰ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਕੀਰਨ ਦਾ ਯਤਨ ਕੀਤਾ ਜਾ ਰਿਹਾ ਸੀ ਰਸਤੇ ਰੋਕੇ ਜਾ ਰਹੇ ਸੀ ਪ੍ਰੋਟੈਸਟ ਕੀਤੇ ਜਾ ਰਹੇ ਸੀ ਉਹ ਨਾਲ ਦੀ ਨਾਲ ਕਦੀ ਚੰਡੀਗੜ੍ਹ ਦਾ ਅਗਰ ਮਸਲਾ ਹੋਵੇ ਤੇ ਵਿਧਾਨ ਸਭਾ ਦਾ ਕਰਾਓ ਜਾਂ ਮੁੱਖ ਮੰਤਰੀ ਦੇ ਘਰ ਦੇ ਘਰਾਓ ਦਾ ਕਰਨ ਦਾ ਮਸਲਾ ਸੀ ਇਸੇ ਤਰ੍ਹਾਂ ਇਹਨਾਂ ਦੇ ਖਿਲਾਫ ਜਿਹੜੇ ਧਾਰਾ 188 ਜਾਂ 147 ਲੱਗੀਆਂ ਹੋਈਆਂ ਨੇ ਔਰ ਜਿੱਥੋਂ ਤੱਕ ਤਰਨਤਾਰਨ ਦੇ ਵਿੱਚ ਲਾਜ਼ਮੀ ਤੌਰ ਤੇ ਜਿਹੜਾ ਨੈਸ਼ਨਲ ਹਾਈਵੇ ਐਕਟ ਹੈ ਕਿ ਨੈਸ਼ਨਲ ਹਾਈਵੇ ਤੇ ਬੈਠ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ ਹੋਊਗਾ ਇਸੇ ਕਰਕੇ ਉਸ ਧਾਰਾ ਦੇ ਤਹਿਤ ਉਸ ਸਮੇਂ ਸੂਬਾ ਸਰਕਾਰ ਵੱਲੋਂ ਇਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਹਾਲਾਂਕਿ 4 ਕੇਸ ਦਰਜ ਨੇ ਔਰ ਹਾਲੇ ਤੱਕ ਇਹਨਾਂ ਦੇ ਜਿਹੜਾ ਕੇਸ ਚੱਲ ਰਿਹਾ ਔਰ ਜਿਸ ਤਰ੍ਹਾਂ ਦੇਸ਼ ਦੇ ਵਿੱਚ ਸਾਡੀ ਨਿਆਂ ਪ੍ਰਣਾਲੀ ਜਾਂ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪੁਲਿਸ ਜਿਹੜਾ ਪੜਤਾਲ ਆ ਉਹਨੂੰ ਵੀ ਕਈ ਮਹੀਨੇ ਲੱਗ ਜਾਂਦੇ ਨੇ ਔਰ ਉਸ ਤੋਂ ਬਾਅਦ ਅਦਾਲਤ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਲੇਕਿਨ ਕੁੱਲ ਮਿਲਾ ਕੇ ਹਲਕੇ ਦੇ ਲੋਕਾਂ ਨੇ ਇਹਨਾਂ ਨੂੰ ਮਾੜ ਬਖਸ਼ਿਆ ਮਜੀਤ ਸਿੰਘ ਬਲਾਸਪੁਰ ਉਹਨਾਂ ਨੂੰ ਔਰ ਪਿਛਲੀ ਵਾਰ ਕਿੰਨੇ ਲੋਕਾਂ ਦੇ ਕੰਮ ਕਰਵਾ ਪਏ ਔਰ ਨਾਲ ਦੇ ਨਾਲ ਕਿੰਨੇ ਲੋਕਾਂ ਦੇ ਹੱਕਾਂ ਦੀ ਆਵਾਜ਼ ਵਿਧਾਨ ਸਭਾ ਦੇ ਅੰਦਰ ਬਣੇ ਜਾਂ ਬਾਹਰ ਬਣੇ ਪਰ ਦੂਜੀ ਵਾਰ ਆਪਣੇ ਆਪ ਚ ਵਿਧਾਇਕ ਬੰਨਾ ਦੁਬਾਰਾ ਸੀਟ ਜਿੰਨੀ لازਮੀ ਤੌਰ ਤੇ ਕਿ ਤੁਹਾਡੇ ਕੁਝ ਨਾ ਕੁਝ ਪੱਲੇ ਸੀ ਜਾਂ ਇਹ ਵੀ ਹੋ ਸਕਦਾ ਹੈ ਕਿ ਇਸ ਵਾਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਪੰਜਾਬ ਭਰ ਦੇ ਵਿੱਚ ਹਨੇਰੀ ਆਈ ਜਾਂ ਝੱਖੜ ਕਹਿ ਲਓ ਉਸ ਝੱਖੜ ਦੇ ਵਿੱਚ ਉਸ ਹਨੇਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਵੀ ਲੋਕ ਜਿੱਤ ਗਏ ਜਿਨ੍ਹਾਂ ਦੀ ਆਮ ਆਦਮੀ ਪਾਰਟੀ ਨੂੰ ਵੀ ਉਮੀਦ ਨਹੀਂ ਸੀ ਕਿ ਉਹਨਾਂ ਦੇ ਜਿਹੜੇ ਵਿਧਾਇਕ ਨੇ ਔਰ ਰਿਪੀਟ ਕਰਨਗੇ ਦੂਜੀ ਵਾਰ ਜਿੱਤ ਪਾਉਣਗੇ ਲੇਕਿਨ ਕੁੱਲ ਮਿਲਾ ਕੇ ਮਨਜੀਤ ਸਿੰਘ ਬਲਾਸਪੁਰ ਹਣੀ ਜਿੱਤ ਗਏ ਔਰ ਖਾਸ ਕਰਕੇ ਜੇ 1332 ਆਈਪੀਸੀ ਦੀ ਗੱਲ ਕੀਤੀ ਜਾਵੇ ਤੇ ਇਹ ਹੁੰਦਾ ਹੈ ਕਿ ਸਰਕਾਰੀ ਡਿਊਟੀ ਤੇ ਕੰਮ ਕਰੇ ਜਿਹੜੇ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੂੰ ਵਿਗੜ ਪਾਉਣਾ ਹੈਗਾ ਔਰ ਲਾਜ਼ਮੀ ਤੌਰ ਤੇ ਜਦੋਂ 332 ਲੱਗਦੀ ਹੈਗੀ ਆ ਜਾਂ 188 ਲੱਗਦੀ ਹੈਗੀ ਆ ਤੇ ਉਹ ਲੱਗਦਾ ਕਿ ਇਹਨਾਂ ਨੇ ਆਮ ਆਦੀ ਪਾਰਟੀ ਨੇ 220 ਚ ਪ੍ਰੋਟੈਸਟ ਕੀਤੇ ਹੋਣਗੇ ਔਰ ਉੱਥੇ ਜਦ ਪੁਲਿਸ ਦੇ ਨਾਲ ਤੱਕਾ ਮੁਕੀ ਜਾ ਪੁਲਿਸ ਨੇ ਧੱਕਾ ਮੂਕੀ ਕਰਦੇ ਹੈਗੇ ਨੇ ਆ ਰੋਕਣ ਦਾ ਯਤਨ ਕਰਦੇ ਤੇ ਫਿਰ ਪੁਲਿਸ ਪ੍ਰਸ਼ਾਸਨ ਹਮੇਸ਼ਾ ਹੀ ਇਦਾਂ ਦੀਆਂ ਧਾਰਾਂ ਲਾ ਕੇ ਕੇਸ ਰਜਿਸਟਰਡ ਕਰ ਲੈਂਦੇ ਨੇ ਹੁਣ ਪੈਂਡਿੰਗ ਕੇਸ ਨੇ ਚਾਰੇ ਔਰ ਹਲੇ ਤੱਕ ਇਸ ਤੇ ਕਾਰਵਾਈ ਕੀ ਹੋਈ ਨਹੀਂ ਹੋਈ ਲੇਕਿਨ ਜੋ ਚੋਣ ਕਮਿਸ਼ਨ ਨੂੰ ਮਨਜੀਤ ਸਿੰਘ ਬਲਾਸਪੁਰ ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹਦੇ ਚ ਇਹੀ ਆ ਕਿ ਅਸੀਂ ਕ੍ਰਾਈਮ ਕੁੰਡਲੀ ਦੇ ਵਿੱਚ ਦੱਸਿਆ ਹੈਗਾ ਕਿ ਇਸ ਐਮ ਐਲ ਏ ਮਨਜੀਤ ਸਿੰਘ ਬਲਾਸਪੁਰ ਦੇ ਖਿਲਾਫ 4 ਕੇਸ ਦਰਜ ਨੇ ਕੁੱਲ 15 ਧਾਰਾ ਲੱਗੀਆਂ ਇੱਕ ਬੜੀ ਸੀਰੀਅਸ ਆ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਇਹ ਜਿਹੜੇ ਕੇਸ ਨੇ ਰਫਾ-ਦਾਫਾ ਹੁੰਦੇ ਨੇ ਜਾਂ ਨਹੀਂ ਹੁੰਦੇ ਪੁਲਿਸ ਦੀ ਜਿਹੜੀ ਜਾਂਚ ਆ ਉਹ ਕਿਸ ਦਿਸ਼ਾ ਔਰ ਦਸ਼ਾਵਲ ਜਾ ਰਹੀ ਆ ਔਰ ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਲੈਣਾ ਹੈਗਾ ਕਿ ਬੰਦਾ ਕਸੂਰਵਾਰ ਹੈ ਜਾਂ ਨਹੀਂ ਹੈ ਜਾਂ ਉਸ ਸਮੇਂ ਦੀ ਸਰਕਾਰ ਨੇ ੱਤਕਾ ਕੀਤਾ ਜਾਂ ਨਹੀਂ ਕੀਤਾਗਾ ਇਹ ਤੇ ਬਾਅਦ ਚ ਗੱਲਾਂ ਲੇਕਿਨ ਅੱਜ ਦੀ ਜਿਹੜੀ ਐਮਐਲਏ ਦੀ ਕ੍ਰਾਈਮ ਕੁੰਡਲੀ ਦੇ ਵਿੱਚ ਮਨਜੀਤ ਸਿੰਘ ਬਲਾਸਪੁਰ ਦਾ ਲੇਖਾ ਜੋਖਾ ਕਿ ਉਹਨਾਂ ਦੇ ਖਿਲਾਫ ਕਿੰਨੇ ਕੇਸ ਦਰਜ ਨੇ ਇੱਕ ਹੋਰ ਐਮਐਲਏ ਦੀ ਕ੍ਰਾਈਮ ਕੁੱਡੀ ਲੈ ਕੇ ਅਕਲ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ